ਨਾਲ ਜਾਣ। ਹਾਂਜੀ, ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਤੇ। ਜਿਹੜਾ ਤੁਸੀਂ ਸਕਰੀਨ ਤੇ ਸਟੇਟਸ ਦੇਖ ਰਹੇ ਹੋ, ਜੇਕਰ ਤੁਸੀਂ ਇਦਾਂ ਦਾ ਸਟੇਟਸ ਕਰਨਾ ਚਾਹੁੰਦੇ ਹੋ ਤਾਂ ਆਪਣੀ ਵੀਡੀਓ ਨੂੰ ਪੂਰਾ ਦੇਖ ਲਿਓ। ਜੇਕਰ ਆਪਣਾ ਚੈਨਲ ਤੁਹਾਨੂੰ ਵਧੀਆ ਲੱਗੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਤੇ ਮੀਂਹ ਕਿੱਥੇ ਕਿੱਥੇ ਪਿਆ ਕਮੈਂਟ ਕਰਕੇ ਜ਼ਰੂਰ ਦੱਸਣਾ। ਤੇ ਇਦਾਂ ਦਾ ਸਟੇਟਸ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਆਪਣੇ ਕੈਨਵਸ ਓਪਨ ਕਰ ਲੈਣਾ ਗਾ। ਕੈਨਵਸ ਓਪਨ ਕਰਨ ਤੋਂ ਬਾਅਦ ਆਪਾਂ ਕ੍ਰੀਏਟ ਨਿਊ ਤੇ ਕਲਿੱਕ ਕਰਕੇ ਇੱਕ ਮਿੰਟ ਆਪਾਂ ਸਾਈਜ਼ ਸਿਲੈਕਟ ਕਰਨ ਤੋਂ ਬਾਅਦ ਆਪਾਂ ਨੈਕਸਟ ਕਰ ਦਿਆਂਗੇ। ਇਸ ਤੋਂ ਬਾਅਦ ਆਪਾਂ ਇੱਥੇ ਬਲੈਕ ਬੈਕਗਰਾਊਂਡ ਆ ਜਿਹੜਾ ਆਪਣਾ ਸਿਲੈਕਟ ਕਰ ਲੈਂਦੇ ਹਾਂ, ਅਤੇ ਇਸ ਦੀ ਆਪਾਂ ਜਿਹੜੀ ਲੈਂਥ ਅੱਗੇ 31 ਸੈਕਿੰਡ ਤੱਕ ਇਹਦੀ ਲੈਂਥ ਆਪਾਂ ਵਧਾ ਦਿਆਂਗੇ। ਇਸ ਤੋਂ ਬਾਅਦ ਆਪਾਂ ਲੇਅਰ ਮਿਡ 'ਤੇ ਜਾ ਕੇ ਜਿਹੜਾ ਆਪਣਾ ਇਫੈਕਟ ਹੈਗਾ ਬੈਕਗਰਾਊਂਡ ਇਫੈਕਟ, ਆਪਾਂ ਇਫੈਕਟ ਆ ਜਿਹੜਾ ਸਿਲੈਕਟ ਕਰ ਲੈਣਾ। ਇਫੈਕਟ ਸਿਲੈਕਟ ਕਰਨ ਤੋਂ ਬਾਅਦ ਆਪਾਂ ਸਪਲੈਂਡਰ ਸਕਰੀਨ 'ਤੇ ਜਾ ਕੇ ਇਹਨੂੰ ਆਪਾਂ ਫੁੱਲ ਸਕਰੀਨ ਕਰ ਲੈਣਾ ਗਾ। ਫੁੱਲ ਸਕਰੀਨ ਤੋਂ ਬਾਅਦ ਆਪਾਂ ਇਹਦੀ ਥੋੜ੍ਹੀ ਜਿਹੀ ਜਿਹੜੀ ਐਡਜਸਟਮੈਂਟ ਇੱਦਾਂ ਕਰ ਲੈਣੀ ਹੈਗੀ, ਇੱਦਾਂ ਵਧੀਆ ਲੱਗੂਗਾ। ਇਸ ਤੋਂ ਬਾਅਦ ਆਪਾਂ ਲਿਰਮਿਡ 'ਤੇ ਜਾ ਕੇ ਜਿਹੜੀ ਆਪਣੀ PNG ਫੋਟੋ ਆ, ਫੋਟੋ ਜਿਹੜੀ ਆਪਾਂ ਸਿਲੈਕਟ ਕਰ ਲੈਣਾ। ਫੋਟੋ ਦਾ ਇੱਦਾਂ ਕਰ ਵੱਡਾ ਕਰਕੇ ਆਪਾਂ ਇੱਥੇ ਕਿਹਨੂੰ ਸੈੱਟ ਕਰ ਦਿੰਦੇ ਹਾਂ ਸਕਰੀਨ 'ਤੇ। ਇੱਦਾਂ ਸੈੱਟ ਕਰਨ ਤੋਂ ਬਾਅਦ ਆਪਾਂ ਫੋਟੋ ਦੀ ਜਿਹੜੀ ਐਡਜਸਟਮੈਂਟ ਆ ਇੱਦਾਂ ਕਰ ਲੈਣੀ ਹੈਗੀ, ਤਾਂ ਕਿ ਫੋਟੋ ਜੀ ਵਧੀਆ ਲੱਗੂਗੀ। ਇਸ ਤੋਂ ਬਾਅਦ ਆਪਾਂ ਇਹਦੀ ਜਿਹੜੀ ਲੇਅਰ ਆ ਫੁੱਲ ਕਰ ਦੇਣੀ ਆ। ਲੇਅਰ ਫੁੱਲ ਕਰਨ ਤੋਂ ਬਾਅਦ ਜਿਹੜੀ ਆਪਣੇ ਇਫੈਕਟ ਦੀ ਲੇਅਰ ਵੱਧਦੀ ਆ ਉਹਨੂੰ ਆਪਾਂ ਜਿਹੜਾ ਕਰੋਪ ਕਰ ਲੈਂਦੇ ਹਾਂ, ਭੁੱਲ ਗਏ ਸੀ ਆਪਾਂ ਪਹਿਲਾਂ। ਇਸ ਤੋਂ ਬਾਅਦ ਆਪਾਂ ਲਿਰਮਿਡ 'ਤੇ ਜਾ ਕੇ ਜਿਹੜਾ ਆਪਣਾ ਰੈੱਡ ਸਕਰੀਨ ਵਾਲਾ ਸਟੇਟਸ ਆ, ਰੈੱਡ ਸਕਰੀਨ ਵਾਲਾ ਆਪਣਾ ਜਿਹੜਾ ਸਟੇਟਸ ਆਪਾਂ ਸਿਲੈਕਟ ਕਰ ਲੈਂਦੇ ਹਾਂ। ਰੈੱਡ ਸਕਰੀਨ ਜਿਹੜੀ ਸਿਲੈਕਟ ਕਰਨ ਤੋਂ ਬਾਅਦ ਆਪਾਂ ਇਹਨੂੰ ਇੱਦਾਂ ਕਰੋਪ ਕਰ ਲਾਂਗੇ ਤਾਂ ਕਿ ਜਿਹੜਾ ਭਰਾ ਦਾ ਲੋਗੋ ਆ ਉਹ ਕਰੋਪ ਹੋ ਜੂਗਾ। ਕਰੋਪ ਕਰਨ ਤੋਂ ਬਾਅਦ ਆਪਾਂ ਕਰੋਮਾ ਕੀਤੇ ਜਾ ਕੇ ਇਸਨੂੰ ਆਪਾਂ ਨੇਬਲ ਕਰ ਦਿਆਂਗੇ। ਨੇਬਲ ਕਰਨ ਤੋਂ ਬਾਅਦ ਇਹਦਾ ਘਰ ਇੱਦਾਂ ਵੱਡਾ ਕਰਕੇ ਆਪਾਂ ਨੀਚੇ ਇਹਨੂੰ ਇੱਦਾਂ ਸੈੱਟ ਕਰ ਦੇਣਾ ਗਾ ਜਿਵੇਂ ਤੁਸੀਂ ਸੈੱਟ ਕਰਨਾ ਚਾਹੁੰਦੇ ਹੋ। ਸੈੱਟ ਕਰਨ ਤੋਂ ਬਾਅਦ ਆਪਾਂ ਇਹਦੀ ਥੋੜ੍ਹੀ ਜਿਹੀ ਐਡਜਸਟਮੈਂਟ ਇੱਦਾਂ ਕਰ ਲੈਣੀ ਆ। ਇਸ ਤੋਂ ਬਾਅਦ ਆਪਾਂ ਟਿੱਕ ਦੇ ਆਪਸ਼ਨ 'ਤੇ ਕਲਿੱਕ ਕਰ ਦਿਆਂਗੇ। ਇਸ ਤੋਂ ਬਾਅਦ ਆਪਣਾ ਲਿਰਮਿਡ 'ਤੇ ਜਾ ਕੇ ਜਿਹੜਾ ਆਪਣਾ ਬਾਰਡਰ ਰਹਿ ਗਿਆ, ਬਾਰਡਰ ਆ ਜਿਹੜਾ ਆਪਾਂ ਸਿਲੈਕਟ ਕਰ ਲੈਂਦੇ ਹਾਂ। ਬਾਰਡਰ ਸਿਲੈਕਟ ਕਰਨ ਤੋਂ ਬਾਅਦ ਆਪਾਂ ਨੀਚੇ ਆ ਕੇ ਸਭ ਤੋਂ ਪਹਿਲਾਂ ਇਹਨੂੰ ਆਪਾਂ ਬਲੈਂਡਿੰਗ 'ਤੇ ਜਾ ਕੇ ਇਸਨੂੰ ਆਪਾਂ ਸਕਰੀਨ ਕਰ ਲੈਂਦੇ ਹਾਂ। ਸਕਰੀਨ ਕਰਨ ਤੋਂ ਬਾਅਦ ਇਹਦਾ ਆਕਾਰ ਇੱਦਾਂ ਵੱਡਾ ਕਰਕੇ ਆਪਾਂ ਸਕਰੀਨ 'ਤੇ ਦੋਨੇ ਪਾਸੇ ਆਪਾਂ ਜਿਹੜਾ ਸੈੱਟ ਕਰ ਦਿੰਦੇ ਹਾਂ। ਸੈੱਟ ਕਰਨ ਤੋਂ ਬਾਅਦ ਆਪਾਂ ਇਹਦੀ ਜਿਹੜੀ ਲੇਅਰ ਆ ਫੁੱਲ ਕਰ ਦੇਣੀ ਹੈਗੀ। ਲੇਅਰ ਫੁੱਲ ਕਰਨ ਤੋਂ ਬਾਅਦ ਆਪਾਂ ਬੈਕ ਆ ਕੇ ਇਸ ਤੋਂ ਬਾਅਦ 3D ਤੇ ਜਾ ਕੇ ਆਪਾਂ ਇਹਦਾ ਇੱਕ ਡੁਪਲੀਕੇਟ ਤਿਆਰ ਕਰ ਲੈਣਾ ਗਾ। ਡੁਪਲੀਕੇਟ ਤਿਆਰ ਕਰਨ ਤੋਂ ਬਾਅਦ ਆਪਾਂ ਜਿਹੜਾ ਡੁਪਲੀਕੇਟ ਤਿਆਰ ਕੀਤਾ ਇੱਦਾਂ ਉਹਨੂੰ ਟੇਢਾ ਕਰਕੇ ਇੱਦਾਂ ਆਪਾਂ ਜਿਹੜਾ ਉੱਪਰ ਨੀਚੇ ਇਹਨੂੰ ਸੈੱਟ ਕਰ ਦੇਣਾ ਗਾ ਤਾਂ ਕਿ ਜਿਹੜਾ ਫੋਟੋ ਦੇ ਚਾਰੇ ਪਾਸੇ ਜਿਹੜਾ ਬਾਰਡਰ ਸੈੱਟ ਹੋ ਜੇ। ਇਸ ਤੋਂ ਬਾਅਦ ਆਪਣਾ ਜਿਹੜਾ ਲੋਗੋ ਰਹੇਗਾ, ਲੋਗੋ ਜਿਹੜਾ ਆਪਣਾ ਸਿਲੈਕਟ ਕਰ ਲੈਂਦੇ ਹਾਂ। ਲੋਗੋ ਸਿਲੈਕਟ ਕਰਨ ਤੋਂ ਬਾਅਦ ਆਪਾਂ ਇਹਦਾ ਲੋਗੋ ਦਾ ਜਿਹੜਾ ਕਾਰ ਛੋਟਾ ਕਰਕੇ ਇੱਥੇ ਆਪਾਂ ਇਹਨੂੰ ਸੈੱਟ ਕਰ ਦਿੰਦੇ ਹਾਂ। ਸੈੱਟ ਕਰਨ ਤੋਂ ਬਾਅਦ ਆਪਾਂ ਇਹਦੀ ਜਿਹੜੀ ਲੇਅਰ ਆ ਫੁੱਲ ਕਰ ਦੇਣੀ ਆ, ਇੱਦਾਂ ਤੁਸੀਂ ਜਿਹੜਾ ਸਟੇਟਸ ਤਿਆਰ ਕਰ ਲੈਣਾ ਗਾ। ਜੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਅਤੇ ਅੱਜ ਦਾ ਫੈਕਟ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਦੇਖਣ ਲਈ ਧੰਨਵਾਦ, ਸ਼ੁਕਰੀਆ।